स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं ये पिंड कोहाला तहसील जीरा ते जिला फिरोजपुर की है। इस घर दियां बहुत सारियां वीडियो चैनल उत्ते अपलोड है, ज़्यादा इन्हां दा व्यापार का काम है दोस्तों, ज़्यादा मझां आउंदियां सी। अज की वीडियो एक थोनों दोस्तों एक गां दिखाउणी जिहड़ी तुसीं सामने देख रहे हैं, चेहरे मोहरे तो थोनों दोस्तों यह दसूगी किहड़ी ब्रीड च पैंदी है। बाकी एक यह मझ है दोस्तों चंगे दुध वाली है, खुले थान हवाने की है, पूछो लंडी है। ये बारे भी आप बाई जी होरां गलबात करांगे, वीडियो एंड तक जरूर देखो। लास्ट के बाई जी होरां दा नंबर जो स्क्रीन उत्ते चलूगा उस नंबर उत्ते दोस्तों कॉल करके तुसीं इन्हां नाल कॉन्टैक्ट कर सकते हैं। कोई भी पशु खरीदना होवे आके देखा करो, देख के आपकी तसली दे नाल दोस्तों सौदा तुसीं करिया करो। आओ बाई जी होरां गलबात करते हैं, पहला वैड बारे पुछते हैं, उस दोस्तों मझ तुहानूं दिखावांगे। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੀ ਵੀਰੇ ਆਪਦਾ? ਵਰਿੰਦਰਜੀਤ ਸਿੰਘ। ਵਰਿੰਦਰਜੀਤ ਸਿੰਘ, ਠੀਕ ਹੈ, ਵਪਾਰ ਦਾ ਕੰਮ ਆਪਣਾ? ਹਾਂਜੀ ਹਾਂਜੀ, ਠੀਕ ਹੈ। ਵਰਿੰਦਰ ਬਾਈ ਅੱਗੇ ਆਪਣੇ ਕੋਲ ਮੱਝਾਂ ਹੀ ਆਉਂਦੀਆਂ ਹੁੰਦੀਆਂ, ਇਹ ਹੁਣ ਥੋੜਾ ਕਾਫੀ ਟਾਈਮ ਬਾਅਦ ਗਾਂ ਖਰੀਦੀ ਆਪਾਂ? ਹਾਂਜੀ ਹਾਂਜੀ, ਇਹ ਬਸ ਸ਼ੌਂਕ ਨੂੰ ਹੀ ਲਈ ਹੈ ਜੀ, ਸ਼ੌਂਕ ਨੂੰ ਲਿਆ ਕਰਕੇ। ਹਾਂਜੀ ਠੀਕ ਹੈ। ਅੱਛਾ ਇਹ ਕਿੰਨੇ ਸੂਆ ਸੁਣੀ? ਇਹ ਪਹਿਲਾ ਸੂਆ ਸੁਣੀ ਹੈ, 4 ਦੰਦ ਹੈ। 4 ਦੰਦ ਦਾ ਪਹਿਲਾ ਸੂਆ ਸੁਣੀ ਹੈ, ਕਿੰਨਾ ਚਿਰ ਰਹਿੰਦਾ ਇਹ? ਹਫਤਾ 10 ਦਿਨ ਲੈ ਜੂਗੀ। ਹਫਤਾ 10 ਦਿਨ ਹੈ ਜੀ, ਲੈ ਸਕਦਾ। ਹਾਂਜੀ ਠੀਕ ਹੈ। ਦੁੱਧ ਕਿੰਨਾ ਕੁ ਅੰਦਾਜ਼ਾ ਤੇਰੇ ਹਿਸਾਬ ਚ ਕਰ ਦੂ? ਅੰਦਾਜ਼ਾ ਪਹਿਲੇ ਸੂਏ 17-18 ਕਿਲੋ। 17-18 ਕਿਲੋ ਦੀ? ਹਾਂਜੀ ਠੀਕ ਹੈ। ਰੇਟ ਇਹਦਾ ਬਾਈ ਜੀ? ਠੰਡੀ ਬਹੁਤ ਹੈ ਦੋਸਤੋ, ਦੇਖ ਸਕਦੇ ਆ ਠੰਡੀ ਸੀਲ ਹੈ। ਅੱਛਾ ਰੇਟ ਇਹਦਾ ਵਰਿੰਦਰ ਕੀ ਕਰਦਾ? ਰੇਟ ਇਹਦਾ 55,000 ਰੁਪਏ। 55,000 ਬੋਲੀਆਂ ਦੋਸਤੋ, ਹਜੇ ਹਫਤਾ 10 ਦਿਨ ਲੈ ਜੂ। ਥਣਾ ਦੀ ਵਿੱਥੀ ਦੇਖਣ ਵਾਲੀ, ਕਮਾਲ ਦੀ ਵਿੱਥੀ ਹੈ ਦੋਸਤੋ ਮਗਰਲੇ ਥਣਾ ਦੇ ਵਿੱਚ, ਤੁਸੀਂ ਇੱਥੋਂ ਦੇਖ ਹੀ ਰਹੇ ਆ ਲਗਭਗ। ਇਹ ਵੀ ਦੋਸਤੋ ਫੁੱਟ ਵਾਂਗੂ ਵਿੱਥੀ ਹੋਊਗੀ, ਮੂੰਹ ਮੱਥਾ ਤੁਸੀਂ ਦੇਖ ਸਕਦੇ ਆ ਦੋਸਤੋ। ਸਿੰਘ ਦੋਸਤੋ ਦਾਗਿਆਂ ਦੇ ਵਿੱਚੋਂ ਥੋੜ੍ਹੀ ਜਿਹੀ ਪੋਟ ਪੁੱਟੀ ਹੈ, ਬਾਕੀ ਜਿਹੜੀ ਇਹ ਸਿੰਘ ਇਹਦੇ ਦਾਗੇ ਹੋਏ ਆ। ਰੰਗ ਰੂਪ ਬਹੁਤ ਸੋਹਣਾ, ਲਾਲ ਰੰਗ ਦੇ ਵਿੱਚ ਹੈ, ਜਰਸੀ ਨਸਲ 'ਚ ਪੈਂਦੀ ਹੈ ਦੋਸਤੋ, ਥੋੜ੍ਹੀ ਜਿਹੀ ਕਰੋਸ ਲੱਗੀ ਮੈਨੂੰ। ਬਾਕੀ ਵੈਸੇ ਇਹ ਜ਼ਿਆਦਾ ਜਿਹੜਾ ਇਹਦਾ ਜੋ ਸਟਰਕਚਰ ਹੈ, ਇਹਦੀ ਧੌਣ ਹੈ, ਛੋਟਾ ਕੰਨ ਹੈ, ਗੋਲ ਹੈ, ਇੱਥੋਂ ਦੋਸਤੋ ਇਹ ਜਰਸੀ ਵਾਲੇ ਪੱਖ ਨੂੰ ਜ਼ਿਆਦਾ। ਬਾਕੀ ਤੁਸੀਂ ਵੀਡੀਓ ਦੇ ਵਿੱਚੋਂ ਦੇਖ ਹੀ ਰਹੇ ਹੈ, ਚੰਗੀ ਸੰਭੀ ਵੀ ਵੈੜ ਆ ਦੋਸਤੋ। ਇਹ ਪਹਿਲੇ ਸੂਏ ਸੋਹਣਾ, 4 ਦੰਦ, ਹਵਾਨਾ ਬਹੁਤ ਤਕੜਾ ਬਣਾਊਗੀ, ਥਣ ਵੀ ਵਿੱਥੀ 'ਤੇ ਹੈ। ਜਰਸੀ ਦੇ ਜੇ ਟੀਕੇ ਦੋਸਤੋ ਭਰਾ ਕੇ ਤੋਂ ਬੱਚੇ ਜਰਸੀ ਵਾਲੇ ਲੈਣੇ ਹੋਣ ਤਾਂ ਬਹੁਤ ਸੋਹਣੇ ਬੱਚੇ ਜਿਹੜੇ ਇਹ ਗਾਂ ਦੇ ਆਉਣੇ ਆ, ਉੱਚੇ ਲੰਬੇ ਕੱਦ 'ਚ ਹੈ, ਵੱਡੀ ਵੈੜ ਆ ਦੋਸਤੋ, ਹਜੇ ਉਮਰ ਛੋਟੀ ਹੈ। ਰੰਗ ਵੀ ਦੋਸਤੋ ਇਹਦਾ ਬਹੁਤ ਸੋਹਣਾ, ਜੇ ਕਿਸੇ ਵੀਰ ਨੇ ਘਰੇ ਗਾਂ ਰੱਖਣੀ ਹੈ ਤਾਂ ਉਹਦੇ ਲਈ ਇਹ ਬਹੁਤ ਸੋਹਣੀ ਵੈੜ ਹੈ, ਘਰੇ ਖੜ੍ਹੀ ਤੁਹਾਨੂੰ ਸੋਹਣੀ ਲੱਗੂਗੀ। ਥਣ ਤੁਹਾਨੂੰ ਮੈਂ ਸਾਈਡ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਇਹਦੇ ਚਾਰੇ ਥਣ ਨਿਖੜਵੇਂ ਆ। ਥਣ ਦੋਸਤੋ ਤੁਸੀਂ ਇਸ ਸਾਈਡ ਤੋਂ ਵੀ ਜਦੋਂ ਦੇਖੋਗੇ ਤੁਹਾਨੂੰ ਦੱਸੂਗਾ, ਚਾਰੇ ਥਣ ਨਿਖੜਵੇਂ ਅਤੇ ਬਹੁਤ ਵਿੱਥੀ 'ਤੇ। ਹਵਾਨੇ ਦੀ ਉਮੀਦ ਆ ਦੋਸਤੋ, ਇਹ ਬਹੁਤ ਵੱਡਾ ਤਿਆਰ ਕਰ ਜੂਗੀ ਜਦੋਂ ਇਹ ਸੂਣ ਦੇ ਨੇੜ ਆ, ਉੱਤੋਂ ਢਿੱਲ ਬਹੁਤ ਹੈ। ਬਾਕੀ ਥਣ 'ਚ ਵਿੱਥੀ ਜਿਹੜੀ ਉਹ ਵੀ ਦੱਸਦੀ ਹੈ ਵੀ ਇਹ ਵੱਡੇ ਹਵਾਨੇ ਦੀ ਵੈੜ ਤਿਆਰ ਹੋਣੀ ਹੈ। ਦੇਖ ਸਕਦੇ ਇਹਦਾ ਮੂੰਹ ਮੱਥਾ ਦੋਸਤੋ, ਇੱਥੋਂ ਦੇਖ ਲਓ। ਇਹਦੂ ਅੱਗੇ ਇੱਕ ਬਾਈ ਕੋਲ ਝੋਟੀ ਹੈ, ਮੱਝ ਹੈ ਦੋਸਤੋ, ਪੁੱਛੋ ਲੰਡੀ ਹੈ, ਇਹਦੇ ਬਾਰੇ ਬਾਈ ਤੋਂ ਪੁੱਛਦੇ ਹਾਂ। ਇਹ ਕਿੰਨੇ ਸੂਏ ਸੋਹਣੀ ਹੈ ਬਾਈ? ਤੀਜਾ ਸੂਆ ਸੋਊਗੀ। ਕਿੰਨਾ ਚਿਰ ਰਹਿੰਦਾ ਇਹ? ਹਫਤਾ ਲੈ ਜੂਗੀ। ਇੱਕ ਹਫਤਾ ਲੈ ਜੂਗੀ? ਹਾਂਜੀ। ਦੂਜੇ ਸੂਏ ਤੋਂ ਦਾ ਅੰਦਾਜ਼ਾ? ਦੂਜੇ ਸੂਏ ਬਾਈ ਆਪਾਂ ਆਪਣੇ ਪਿੰਡੋਂ ਹੀ ਲਈ ਆ, ਜੇ ਆਪਣੇ ਕੋਲ ਮੱਝ ਸੂ ਪਏ ਤੇ ਆਪਾਂ ਇਹਦਾ 14 ਕਿਲੋ ਚਵਾ ਕੇ ਦੇ ਸਕਦੇ, ਯਾਨੀ ਕਿ ਗਰੰਟੀ ਨਹੀਂ ਦੇਣੀ, ਜੇ ਆਪਣੇ ਕੋਲ ਸੁਣਦੀ ਆ ਤੇ ਆਪਾਂ ਚਵਾ ਕੇ ਦੇ ਦਾਂਗੇ, ਬੰਦਾ ਸ਼ਰਤ ਲਾ ਕੇ ਜਿਹੜਾ ਮਰਜ਼ੀ ਚੋਲ ਹੋਵੇ। ਠੀਕ ਹੈ, 14 ਕਿਲੋ। ਹਾਂਜੀ ਹਾਂਜੀ। ਰੇਟ ਇਹਦਾ? ਇਹਦਾ 70,000 ਰੁਪਏ। 70,000? ਹਾਂਜੀ। ਖੋਲੀਆਂ ਦੋਸਤੋ, ਇਹ ਵੀ ਹਜੇ ਕੱਚੀ ਹੈ ਹਫਤੇ ਦੀ, ਹਵਾਨਾ ਦੋਸਤੋ ਇਹਦਾ ਵੀ ਪਿੱਛੇ ਨੂੰ ਚੰਗਾ ਦਿਖਾਉਂਦੀ ਹੈ, ਥਣ 'ਚ ਪਿੱਥੀ ਬਹੁਤ ਹੈ, ਥੋੜ੍ਹਾ ਜਿਹਾ ਜਿਹੜਾ ਕੱਦ ਆ ਦੋਸਤੋ ਉਹ ਛੋਟੇ ਕੱਦ ਦੀ ਹੈ ਇਹ, ਪਰ ਹਵਾਨਾ ਜਿਹੜਾ ਹੈਗਾ ਉਹ ਦੋਸਤੋ ਇਹਦਾ ਦੱਸੂਗਾ ਵੀ ਇਹ ਦੁੱਧ ਵਾਲੀ ਮੱਝ ਹੈ। ਵੱਡਾ ਹਵਾਨਾ, ਚੌੜਾ ਥਾਣ ਇਹਦੇ ਵੀ ਸੋਹਣੇ ਹੈ, ਪੁੱਛੋ ਲੰਡੀ ਆ, ਉਹ ਤੁਸੀਂ ਦੇਖ ਹੀ ਲਿਆ, ਇੱਥੇ ਰੋਕ ਲਈ ਮੇਰੇ ਨਾਲ, ਤੁਹਾਨੂੰ ਦੋਸਤੋ ਚੰਗੀ ਤਰ੍ਹਾਂ ਦਿਖਾ ਦਿੰਦਾ। ਹਵਾਨਾ ਦੇਖ ਲਓ, ਉੱਪਰੋਂ ਚੌੜਾ ਸ਼ੁਰੂ ਹੁੰਦਾ, ਥੱਲੇ ਤੱਕ ਹਵਾਨਾ ਸੋਹਣਾ ਆਉਂਦਾ, ਥਣ ਸੋਹਣਾ ਹੈ, ਥਣ 'ਚ ਵਿੱਥੀ ਅੱਗੇ ਪਿੱਛੇ ਦੇਖ ਲਓ ਦੋਸਤੋ, ਇਹਦੇ ਵੀ ਬਹੁਤ ਜ਼ਿਆਦਾ ਵਿੱਥੀ, ਇੱਥੋਂ ਤੁਸੀਂ ਦੇਖ ਲਓਗੇ। ਬਾ ਕਮਾਲਾ ਬਾਈ, ਉੱਤੋਂ ਚੌੜੀ ਹੈ, ਕੱਦ ਛੋਟੇ 'ਚ ਹੈ, ਜ਼ਿਆਦਾ ਕੱਦ ਹੈ ਨਹੀਂ ਗਾ। ਹਵਾਨਾ ਜਿਹੜਾ ਉਹ ਦੋਸਤੋ ਬਹੁਤ ਸਾਫ਼ ਅਤੇ ਸੋਹਣਾ। ਪਹਿਲਾਂ ਵੀ ਕਈ ਵੀਡੀਓ 'ਚ ਦੋਸਤੋ ਇਹ ਗੱਲ ਕਹੀ ਸੀ ਵੀ ਜਿਹੜੀਆਂ ਮੱਝਾਂ ਜਾਂ ਕੋਈ ਪਸ਼ੂ ਖਰੀਦਣਾ, ਹਵਾਨੇ ਦਾ ਸਾਫ਼ ਖਰੀਦਿਆ ਕਰੋ, ਉਹ ਤੁਹਾਨੂੰ ਵੇਚਣ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ, ਤੋਕੜ ਵੀ ਵਿਕ ਜਾਂਦਾ। ਦੂਜੀ ਗੱਲ ਇਹ ਹੁੰਦੀ ਹੈ ਦੋਸਤੋ ਵੀ ਜਿਹੜੇ ਉਹਦੇ ਬੱਚੇ ਹੈ ਉਹ ਵੀ ਚੰਗੇ ਸੋਹਣੇ ਹਵਾਨੇ ਦੇ ਆ ਜਾਂਦੇ ਆ। ਜੇ ਤੁਸੀਂ ਉੱਪਰੋਂ ਪਸ਼ੂ ਸੋਹਣਾ ਦੇਖਦੇ ਆ, ਹਵਾਨੇ ਦੇ ਵਿੱਚ ਕੋਈ ਕਮੀ ਛੱਡ ਦਿੰਦੇ ਆ, ਤਾਂ ਫਿਰ ਤੁਹਾਨੂੰ ਸਮੱਸਿਆ ਜ਼ਰੂਰ ਆਉਂਦੀ ਹੈ ਦੋਸਤੋ, ਕਿਉਂਕਿ ਜਿਹੜਾ ਸੋਹਣਾ ਹਵਾਨਾ ਜਿਹੜਾ ਇਹ ਬਣਾਉਣਾ ਬਹੁਤ ਔਖਾ ਹੈ, ਕੁਦਰਤੀ ਪਰਮਾਤਮਾ ਵੱਲੋਂ ਇਹ ਚੀਜ਼ ਜਿਹੜੀ ਆ ਦਿੱਤੀ ਹੁੰਦੀ ਹੈ ਅਤੇ ਜ਼ਰੂਰੀ ਹੁੰਦੀ ਹੈ। ਬਾਕੀ ਇਹ ਜਰਸੀ ਗਾਂ ਕਰੋਸ ਜਰਸੀ
ਜਾਂ ਜਰਸੀ ਜਿਹੜੀ ਹੈਗੀ ਦੋਸਤੋ ਇਹਦੇ ਥਾਂ ਇਧਰੋਂ ਤੁਸੀਂ ਦੇਖ ਸਕਦੇ ਹਵਾਨਾ ਵੀ ਦੋਸਤੋ ਇਹ ਗਾਂ ਨੂੰ ਧੁੰਨੀ ਤੱਕ ਹਵਾਨਾ ਜਿਹੜਾ ਨੇ ਲੈ ਜਾਣਾ ਜਦੋਂ ਭਲੂਣ ਉਤਰਨੀ ਸ਼ੁਰੂ ਹੋਈ ਵੱਡੇ ਹਵਾਨੇ ਦੀ ਬਣੂ ਸੋਹਣੀ ਵੈੜ ਹੈ ਵੀ ਅਤੇ ਇੱਕ ਇਹ ਮੱਝ ਦੋਨੇ ਪਸ਼ੂ ਚੰਗੇ ਆ ਰੇਟ ਵੀ ਦੋਸਤੋ ਬਾਈ ਜੀ ਹੋਰਾਂ ਨੇ ਜਾਇਜ਼ ਕੀਤੇ ਆ ਜਿਹੜੇ ਵੀਰ ਦੇ ਨਾਲ 'ਚੋਂ ਕੋਈ ਪਸ਼ੂ ਪਸੰਦ ਆਉਂਦਾ ਇਹਨਾਂ ਕੋਲ ਆ ਕੇ ਦੇਖੋ ਤਸੱਲੀ ਕਰਕੇ ਦੋਸਤੋ ਤੁਸੀਂ ਖਰੀਦ ਸਕਦੇ ਧੰਨਵਾਦ ਵੀਡੀਓ ਦੇਖਣ